ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਮਹਿਕ ਵੰਸ ਅਗੇਨ ਬੈਕ ਵਿਦ ਨਿਊ ਵੀਡੀਓ ਅੱਜ ਦੀ ਵੀਡੀਓ ਮੈਨੂੰ ਵੇਖ ਕੇ ਪਤਾ ਤਾਂ ਚੱਲ ਗਿਆ ਹੋਊਗਾ ਜਾਂ ਥੰਬਨੇਲ ਤੋਂ ਪਤਾ ਚੱਲ ਗਿਆ ਹੋਊਗਾ ਕਿਸ ਵੀਡੀਓ ਦੀ ਗੱਲ ਕਰ ਰਿਹਾ ਹਾਂ ਜੀ ਬਹੁਤ ਡਿਮਾਂਡਿੰਗ ਵੀਡੀਓ ਹੈ ਜੀ ਟਰੱਕ ਦੇ ਉੱਤੇ ਬੜੇ ਲੋਕਾਂ ਦੇ ਬੜੀ ਦੇਰ ਤੋਂ ਮੈਸੇਜ ਆ ਰਹੇ ਸੀ ਬਾਈ ਟਰੱਕ ਤੇ ਵੀਡੀਓ ਟਰੱਕ ਤੇ ਵੀਡੀਓ ਟਰੱਕ ਤੇ ਵੀਡੀਓ ਸੋ ਅੱਜ ਕਵਰ ਕਰਦੇ ਹਾਂ ਟਰੱਕ ਦੀ ਵੀਡੀਓ ਐਕਚੁਅਲੀ ਚੇਤਨ ਕਾਲ ਅੱਜ ਸਵੇਰੇ ਹੀ ਆਇਆ ਤੇ ਮੈਂ ਹੁਣੇ ਜੋਬ ਤੋਂ ਮੈਂ ਸਿੱਧਾ ਟਰੱਕ ਤੇ ਆ ਗਿਆ ਤੇ ਮੈਂ ਕਿਹਾ ਚਲੋ ਪਹਿਲਾਂ ਵੀਡੀਓ ਕਵਰ ਕਰ ਲਈਏ ਇਸ ਵੀਡੀਓ ਦੇ ਵਿੱਚ ਮੈਂ ਟਰੱਕ ਟੂਰ ਦਊਂਗਾ ਬਿਕੋਜ਼ ਮੈਨੂੰ ਹਲੇ ਪੂਰੀ ਨੌਲੇਜ ਨਹੀਂ ਹੈਗੀ ਇਸ ਬਾਰੇ ਚ ਬਟ ਮੈਂ ਹਾਂ ਜੋ ਟਰੱਕ ਦੇ ਵਿੱਚ ਆ ਇਸ ਟਾਈਮ ਤੇ ਜਿੱਦਾਂ ਦਾ ਟਰੱਕ ਹੈ ਉਸ ਦੀ ਨੌਲੇਜ ਸਾਰੀ ਦੇ ਦਊਂਗਾ ਤੁਹਾਨੂੰ ਮੈਂ ਸੋ ਇਸ ਤੋਂ ਬਾਅਦ ਵੀਡੀਓਜ਼ ਹੋਣਗੇ ਟਰੱਕ ਦੀ ਇਨਸਪੈਕਸ਼ਨ ਟਰੱਕ ਦਾ ਲਾਇਸੈਂਸ ਟਰੱਕ ਕਿੰਨੇ ਤਰ੍ਹਾਂ ਦਾ ਹੁੰਦਾ ਕਿੰਨੇ ਪੈਸੇ ਬਣਦੇ ਆ ਸਾਰਾ ਕੁਝ ਆਪਾਂ ਦੱਸਾਂਗੇ ਜੇ ਉਹ ਸਾਰਾ ਕੁਝ ਦੀ ਇਨਫੋਰਮੇਸ਼ਨ ਲੈਣੀ ਹੈ ਤੇ ਮਹਿਕ ਅੰਬਰਸਰੀਏ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੇ ਵੀਡੀਓ ਵਧੀਆ ਲੱਗੇ ਤਾਂ ਬਾਕੀ ਜੋ ਕਰਨਾ ਕਰੋ ਬਸ ਇਸ ਵੀਡੀਓ ਨੂੰ ਇੰਜੋਏ ਲਾਸਟ ਤੱਕ ਜ਼ਰੂਰ ਕਰੋ ਤੇ ਆਪਾਂ ਤੁਹਾਨੂੰ ਵਿਖਾਉਂਦੇ ਆ ਜੇ ਟਰੱਕ ਦਾ ਤੇ ਕਰੋ ਵੀਡੀਓ ਨੂੰ ਇੰਜੋਏ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਥੋੜ੍ਹਾ ਜਿਹਾ ਬਾਹਰ ਨੂੰ ਤੇ ਕਰ ਦਈਏ ਬੂਹਾ ਬੰਦ ਤੇ ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਕੁਝ ਟਰੱਕ ਦੇ ਬਾਰੇ ਕਿ ਟਰੱਕ ਕਿਹੜਾ ਆ ਸਭ ਤੋਂ ਪਹਿਲਾਂ ਦੱਸ ਦਈਏ ਜੀ ਟਰੱਕ ਦੀ ਕੰਪਨੀ ਫਰੇਟ ਲਾਈਨਰ ਆਹ ਦੇਖ ਲਓ ਜੀ ਆਹ ਆ ਟਰੱਕ ਟਰੱਕ ਕੰਜਰਦਿਆਂ ਨੇ ਗੰਦਾ ਤਾਂ ਬੜਾ ਕੀਤਾ ਧੋਤਾ ਨਹੀਂ ਆ ਆਹ ਆ ਜੀ ਟਰੱਕ ਫਰੇਟ ਲਾਈਨਰ ਠੀਕ ਹੈ ਜੀ ਇਹ ਟਰੱਕ ਆ ਇਹ 2019 ਮਾਡਲ ਆ ਟਰੱਕ ਵੇਖ ਲਓ ਠੀਕ ਆ ਪਹਿਲਾਂ ਤੁਹਾਨੂੰ ਟਰੱਕ ਵਿਖਾ ਦਈਏ ਬਾਹਰੋਂ ਬਾਹਰ ਅਤੇ ਫਿਰ ਤੁਹਾਨੂੰ ਬਾਕੀ ਵਿਖਾਵਾਂਗੇ ਥੋੜ੍ਹਾ ਜਿਹਾ ਮੈਨੂੰ ਨਾ ਮਾਫ਼ ਕਰਿਓ ਕਿ ਮੈਂ ਤੁਹਾਨੂੰ ਟਰੱਕ ਦਾ ਬੂਹਾ ਨਹੀਂ ਦਿਖਾ ਸਕਦਾ ਜਾਂ ਬਿਕੋਜ਼ ਟਰੱਕ ਦਾ ਬੂਹਾ ਨਹੀਂ ਵਿਖਾ ਸਕਦੇ ਆਪਾਂ ਉੱਤੇ ਕੰਪਨੀ ਦੇ ਨਾਂ ਲਿਖਿਆ ਅਤੇ ਮੈਨੂੰ ਹਲੇ ਪਰਮਿਸ਼ਨ ਨਹੀਂ ਹੈਗੀ ਸੋ ਇਹ ਟਰੱਕ ਦੀ ਬੈਕ ਟ੍ਰੇਲਰ ਲੱਗਾ ਹੋਇਆ ਟਰੱਕ ਦੇ ਨਾਲ ਫਿਲਹਾਲ ਆਈ ਡੋਂਟ ਨੋ ਟ੍ਰੇਲਰ ਕਾਹਦਾ ਆਇਆ ਕਿੱਥੋਂ ਆਇਆ ਕੀ ਆ ਮੈਨੂੰ ਟਰੱਕ ਦਾ ਪਤਾ ਬਾਈ ਟਰੱਕ ਆ ਲੱਗਾ ਮੈਂ ਟਰੱਕ ਦੀ ਵੀਡੀਓ ਬਣਾਉਣੀ ਆ ਸੋ ਮੈਂ ਤੁਹਾਨੂੰ ਹੁਣ ਸਾਰਾ ਕੁਝ ਦੱਸਦਾ ਆਪਾਂ ਅੰਦਰੋਂ ਟਰੱਕ ਦਾ ਟੂਰ ਕਰਦੇ ਹਾਂ ਬਾਹਰੋਂ ਤੁਸੀਂ ਦੇਖ ਲਿਆ ਬਾਹਰੋਂ ਕੋਈ ਜਿਹੜਾ ਮਤਲਬ ਉਹ ਹੀ ਨੋਰਮਲ ਹੁੰਦਾ ਇਹ 2019 ਮਾਡਲ ਆ ਆਟੋਮੈਟਿਕ ਗੇਅਰਸ ਆ ਜੀ ਇਹਦੇ ਗੇਅਰਾਂ ਲਾਉਣੀਆਂ ਇਹ ਆਟੋਮੈਟਿਕ ਗੇਅਰ ਆ 13 ਗੇਅਰ ਹੁੰਦੇ ਆ ਅਤੇ ਮਤਲਬ 12 ਗੇਅਰ ਅਤੇ 13ਵਾਂ ਬੈਕ ਦਾ ਗੇਅਰ ਸੋ ਆਪਾਂ ਜਿੰਨੀ ਨੌਲੇਜ ਮੈਂ ਇਕੱਠੀ ਕੀਤੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿਆਂਗਾ ਬਾਕੀ ਤੁਸੀਂ ਆਪ ਦੇਖ ਲਓ ਵੀਡੀਓ ਨੂੰ ਅਤੇ ਹਾਂ ਜਿੱਦਾਂ ਮੈਨੂੰ ਨੌਲੇਜ ਆਉਂਦੀ ਜਾਏਗੀ ਮੈਂ ਤੁਹਾਨੂੰ ਆਪਾਂ ਸਾਰਾ ਕੁਝ ਇਕੱਲੀ ਚੀਜ਼ ਕਰਕੇ ਦੱਸਿਆ ਕਰਾਂਗੇ ਉੱਨੀ ਦੇਰ ਤੱਕ ਤੁਹਾਨੂੰ ਇੱਦਾਂ ਹੀ ਦੇਖਣਾ ਪੈਣਾ ਹੁਣ ਆਪਾਂ ਟਰੱਕ ਦੇ ਅੰਦਰ ਚੱਲਦੇ ਹਾਂ ਬਾਹਰੋਂ ਤੁਹਾਨੂੰ ਮੈਂ ਦਿਖਾਤਾ ਟਰੱਕ ਦੇ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਮੈਂ ਟਰੱਕ ਕਿੱਦਾਂ ਦਾ ਆ ਅਤੇ ਕੀ ਹੈਗਾ ਟਰੱਕ 'ਚ ਚਲੋ ਚਲੋ ਜੀ ਹਾਏ ਲਓ ਜੀ ਮੈਂ ਗਿਆ ਬਹਿ ਟਰੱਕ ਦੇ ਵਿੱਚ ਅਤੇ ਟਰੱਕ ਦੇ ਅੰਦਰ ਰੋਸ਼ਨੀ ਬਾਬਾ ਮੇਹਰ ਕਰੇ ਇਹ 'ਚ ਮੈਂ ਸਨਰੂਫ ਲੱਭਣ ਲਿਆ ਵੇਖ ਲਓ ਦਿਮਾਗ ਖਰਾਬ ਮੇਰਾ ਸੋ ਕੋਈ ਨਾ ਚਲੋ ਆਪਾਂ ਸਟਾਰਟ ਕਰਦੇ ਹਾਂ ਸੋ ਆਹ ਵੇਖ ਲਓ ਜੀ ਆਹ ਆਇਆ ਜੀ ਸਟੇਅਰਿੰਗ ਆਹ ਫਰੇਟ ਲਾਈਨਰ ਦਾ ਟਰੱਕ ਅਤੇ ਕਿੰਨਾ ਚੱਲਿਆ ਸਾਰਾ ਕੁਝ ਤੁਹਾਨੂੰ ਮੈਂ ਵਿਖਾਊਂਗਾ ਤੁਸੀਂ ਉੱਨੀ ਦੇਰ ਤੱਕ ਇੰਜੋਏ ਕਰੋ ਬਾਬਾ ਕਿਰਪਾ ਕਰੀ ਬਾ ਰੋਸ਼ਨੀ ਰੂਸ਼ਨੀ ਦੇ ਦੇ ਮੈਨੂੰ ਥੋੜ੍ਹੀ ਵੀਡੀਓ ਬਣਾਉਣ ਲਈ ਅੱਜ ਆਹ ਸਾਰੇ ਸੋਚ ਸੂਚਿਆ ਅਤੇ ਨਾਲ ਇਹਦੇ ਸਾਰਾ ਕੁਝ ਆ ਵੇਖੋ ਆ ਜਿਹੜੇ ਆ ਮੀਟਰ ਜੇ ਲੱਗੇ ਆ ਸਾਰੇ ਠੀਕ ਆ ਜੀ ਐਮਰਜੈਂਸੀ ਬ੍ਰੇਕਾਂ ਪਾਰਕਿੰਗ ਅਤੇ ਇੱਧਰ ਆਪਣੇ ਗੱਡੀ ਦੇ ਇੱਧਰ ਹੁੰਦੀ ਆ ਨਾ ਚਾਬੀ ਜੀ ਉਹ ਮੈਂ ਤੁਹਾਨੂੰ ਦੱਸਦਿਆਂ ਟਰੱਕ ਦੇ ਇੱਧਰ ਹੈ ਜੀ ਆਹ ਵੇਖੋ ਠੀਕ ਹੈ ਜੀ ਆਹ ਟਰੱਕ ਦੇ ਇੱਧਰ ਚਾਬੀ ਆ ਅਤੇ ਬਾਕੀ ਆਹ ਵੇਖੋ ਆਹ ਨਵਿਆਂ ਦਾ ਆਹ ਫਾਇਦਾ ਆ ਜੀ ਇੱਥੇ ਆਹ ਵੇਖੋ ਆਪਣਾ ਲੋਕਿੰਗ ਦਾ ਲੋਕ ਵਾਸਤੇ ਵੀ ਹੈਗਾ ਆ ਅਤੇ ਅਨਲੋਕ ਲਈ ਵੀ ਆ ਅਤੇ ਦੋਨੋਂ ਮਿਰਰ ਵਾਸਤੇ ਵੀ ਹੈਗਾ ਸਾਈਡ ਮਿਰਰ ਬਾਹਰਲੇ ਮਿਰਰ ਆਹ ਵਾਲੇ ਬਾਹਰਲੇ ਮਿਰਰ ਚੇਂਜ ਕਰਨੇ ਹੋਣ ਉਹਨਾਂ ਵਾਸਤੇ ਵੀ ਅੰਦਰੋਂ ਸਾਰਾ ਸੈਟਅਪ ਹੈਗਾ ਸੋ ਇਹ ਨਵੇਂ ਟਰੱਕਾਂ ਦਾ ਇਹ ਫਾਇਦਾ ਆ ਠੀਕ ਆ ਜੀ ਮੈਨੂੰ ਪਤਾ ਵਿੱਚੋਂ ਵਿੱਚ ਰੋਸ਼ਨੀ ਉੱਡ ਜਾਂਦੀ ਆ ਬਿਕੋਜ਼ ਅੰਦਰ ਰੋਸ਼ਨੀ ਮਾਸਾ ਨਹੀਂ ਹੈਗੀ ਸੋ ਮੈਂ ਟਰਾਈ ਕਰ ਰਿਹਾ ਕਿ ਹਾਂ ਵਧੀਆ ਹੀ ਆਵੇ ਚੀਜ਼ ਤਾਂ ਸੋ ਇਹ ਤੁਸੀਂ ਥੱਲੋਂ ਦੇਖ ਲਓ ਇਹਨਾਂ ਨੇ ਸਾਫ਼ ਸੁਥਰਾ ਰੱਖਿਆ ਪੂਰਾ ਮੈਟਿੰਗ ਵਗੈਰਾ ਹਲੇ ਉਹ ਤਰੀਕੇ ਦੀ ਨਹੀਂ ਆ ਬਟ ਹਾਂ ਵਧੀਆ ਆ ਸੋ ਇਹ ਡੈਸ਼ਬੋਰਡ ਆ ਅਤੇ ਚਲੋ ਆਪਾਂ ਥੋੜ੍ਹਾ ਜਿਹਾ ਹੁਣ ਨਾ ਅੰਦਰ ਦਾ ਟੂਰ ਕਰ ਲਈਏ ਆਹ ਦੇਖੋ ਇਹਨੂੰ ਆਪਾਂ ਖੋਲ੍ਹਿਆ ਅਤੇ ਆਹ ਵੀ ਖਾਲੀ ਸਪੇਸ ਆ ਇਹਨਾਂ ਨੇ ਕੀ ਰੱਖਿਆ ਇਹਨਾਂ ਨੇ ਰੱਖਿਆ ਮਾਸਕ ਅੱਜ ਕੱਲ੍ਹ ਮਾਸਕ ਬਹੁਤ ਜ਼ਰੂਰੀ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਾਸਕ ਤੋਂ ਬਿਨਾਂ ਤਾਂ ਯਾਰ ਕੰਮ ਸਰਦਾ ਹੀ ਨਹੀਂ ਇੱਥੇ ਕੈਨੇਡਾ ਦੇ ਵਿੱਚ ਖਾਸ ਕਰ ਓਨਟੈਰੀਓ ਦੇ ਵਿੱਚ ਰੂਲ ਆ ਜੀ ਮਾਸਕ ਤੋਂ ਬਿਨਾਂ ਤੁਸੀਂ ਬਾਹਰ ਨਹੀਂ ਜਾਣਾ ਠੀਕ ਹੈ ਜੀ ਮਾਸਕ ਤੋਂ ਬਿਨਾਂ ਤੁਹਾਨੂੰ ਕਿਤੇ ਐਂਟਰੀ ਵੀ ਨਹੀਂ ਮਿਲਣੀ ਅਤੇ ਆਪਾਂ ਤੁਹਾਨੂੰ ਨਹੀਂ ਤਾਂ ਚਲੋ ਮਾਸਕ ਨੂੰ ਗੋਲੀ ਮਾਰੋ ਆਪਾਂ ਟਰੱਕ 'ਤੇ ਵਾਪਸ ਆਉਂਦੇ ਹਾਂ ਅਤੇ ਆਹ ਤੁਸੀਂ ਵੇਖ ਲਿਆ ਆਹ ਕਾਗਜ਼ ਕੂਏ ਰੱਖਣ ਨੂੰ ਇੱਥੇ ਜਗ੍ਹਾ ਆ ਠੀਕ ਹੈ ਜੀ ਇੱਧਰ ਆ ਜਾਓ ਅਤੇ ਆਹ ਵੀ ਥੋੜ੍ਹੀ ਜਿਹੀ ਇੱਥੇ ਜਗ੍ਹਾ ਆ ਸਮਾਨ ਸਮੂਨ ਰੱਖਣ ਨੂੰ ਅਤੇ ਆਹ ਕੀ ਆ ਹਾਂਜੀ ਆਹ ਵੀ ਕਾਗਜ਼ ਕੂਏ ਰੱਖਣ ਨੂੰ ਆ ਜੀ ਅਤੇ ਆਪਾਂ ਆ ਜਾਈਏ ਹੁਣ ਇੱਧਰ ਨੂੰ ਆਹ ਵੀ ਸਪੇਸ ਆ ਗਈ ਮਤਲਬ ਟਰੱਕ ਆਹ ਵਾਲੇ ਟਰੱਕਾਂ ਦੇ ਵਿੱਚ ਨਾ ਇੱਕ ਚੀਜ਼ ਇਹ ਬਹੁਤ ਵਧੀਆ
ਕਿ ਸਪੇਸ ਬਹੁਤ ਹੁੰਦੀ ਆ ਸੋ ਸਪੇਸ ਦੇ ਕਰਕੇ ਤੁਸੀਂ ਖੁੱਲ੍ਹਾ ਡੁੱਲਾ ਰਹੋ ਅੰਦਰ ਨਾਲ ਦੋ ਜਾਣੇ ਜਾਂਦੇ ਆ ਜੇ ਲੌਂਗ ਰੂਟ 'ਤੇ ਜਾਂਦੇ ਆ ਤਾਂ ਮੈਂ ਤੁਹਾਨੂੰ ਦੱਸਦਾ ਬਾਕੀ ਸਾਰਾ ਕੁਝ ਆਹ ਵੇਖ ਲਓ ਜੀ ਆਹ ਇਹਨੂੰ ਆਪਾਂ ਖੋਲ੍ਹਿਆ ਇਹ ਵੀ ਸਪੇਸ ਤੁਸੀਂ ਕਹਿਣਾ ਯਾਰ ਕਿੰਨੀਆਂ ਕੁ ਸਪੇਸਾਂ ਇੱਥੇ ਬੰਦੇ ਬੰਦ ਕਰ ਲਓ ਇੰਨੀ ਸਪੇਸ ਆ ਠੀਕ ਆ ਜੀ ਆਹ ਕੀ ਆ ਓ ਲਓ ਜੀ ਆਹ ਵੀ ਸਪੇਸ ਆ ਇੱਥੇ ਵੀ ਸਮਾਨ ਰੱਖਣ ਲਈ ਆ ਬੱਤੀ ਬੁੱਤੀ ਦਾ ਜਗਾੜ ਦੋ ਮਿੰਟ ਰੋ ਮੇਰਾ ਫੋਨ ਕਿੱਥੇ ਹੈ ਫੋਨ ਕਿੱਥੇ ਹੈ ਮੈਨੂੰ ਟੋਰਚ ਮਾਰ ਕੇ ਵਿਖਾਉਣਾ ਪੈਣਾ ਲੱਗਦਾ ਲਓ ਜੀ ਆ ਗਈ ਰੋਸ਼ਨੀ ਸੋ ਆਹ ਆ ਜੀ ਆਹ ਵੀ ਇੱਕ ਤੁਸੀਂ ਕਹਿ ਲਓ ਸਟੋਰਜ ਆ ਹੀ ਆ ਠੀਕ ਆ ਸਟੋਰੇਜ ਆ ਥੱਲੇ ਕੀ ਆ ਥੱਲੇ ਵੀ ਸਟੋਰੇਜ ਮਤਲਬ ਇੰਨੀ ਸਟੋਰੇਜ ਆ ਤੁਸੀਂ ਜਿੰਨੀ ਮਰਜ਼ੀ ਜਗ੍ਹਾ ਰੱਖ ਸਕਦੇ ਹੋ ਅਤੇ ਆਹ ਆ ਜੀ ਇੱਧਰ ਫਰਿੱਜ ਠੀਕ ਆ ਆਹ ਵੀ ਸਟੋਰੇਜ ਆ ਛੋਟੀ ਜੀ ਅਤੇ ਆ ਉੱਪਰ ਵੀ ਸਟੋਰੇਜ ਆ ਛੋਟੀ ਜੀ ਇੰਨੀਆਂ ਸਟੋਰੇਜ ਦਿੰਦੇ ਆ ਵੇਲੋ ਟਰੱਕ 'ਚ ਠੀਕ ਆ ਅਤੇ ਬਾਕੀ ਤੁਹਾਨੂੰ ਵਿਖਾ ਦਈਏ ਆਹ ਡਰੋਰ ਜਾ ਅਤੇ ਆਹ ਕਿੱਦਾਂ ਖੋਲ੍ਹਦਾ ਯਾਰ ਹਾਂਜੀ ਆਹ ਲਓ ਜੀ ਫਰਿੱਜ ਠੀਕ ਆ ਜੀ ਜਿਹੜੇ ਸਾਰੇ ਜਣੇ ਕਹੀ ਜਾਂਦੇ ਸੀ ਫਰਿੱਜ 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 ਕਿਹੜੀ ਹੁੰਦੀ ਆ ਆਹ ਫਰਿੱਜ ਹੁੰਦੀ ਆ ਜੀ ਇਹਦੇ ਵਿੱਚ ਤੁਸੀਂ ਆਪਣਾ ਸਮਾਨ ਰੱਖ ਕੇ ਲੌਂਗ ਰੂਟਾਂ ਵਾਲਿਆਂ ਲਈ ਕਿ ਲੌਂਗ ਰੂਟ ਵਾਲੇ ਆਪਣਾ ਸਮਾਨ ਰੱਖ ਕੇ ਆਰਾਮ ਨਾਲ ਲੈ ਕੇ ਜਾਣ ਕੋਈ ਚਿੰਤਾ ਨਹੀਂ ਆ ਅਤੇ ਬਾਕੀ ਹੁਣ ਤੁਹਾਨੂੰ ਵਿਖਾਉਂਦੇ ਹਾਂ ਮੇਨ ਚੀਜ਼ ਮੇਨ ਏਰੀਆ ਜੀ ਆ ਇੱਕ ਥੱਲੇ ਬੈੱਡ ਅਤੇ ਇੱਕ ਬੈੱਡ ਉੱਪਰ ਠੀਕ ਹੈ ਜੀ ਆਹ ਦੋ ਬੈੱਡ ਆ ਅਤੇ ਬਾਕੀ ਇੱਕ ਟਾਈਮ ਦੇ ਚਲੋ ਇੱਕ ਬੰਦੇ ਨੇ ਸੋਣਾ ਥੱਲੇ ਆ ਵੇਖੋ ਸਰਾਣਾ ਰੱਖਿਆ ਕੰਬਲ ਰੱਖਿਆ ਆਹ ਇੱਕ ਬੰਦੇ ਨੇ ਅਤੇ ਇੱਕ ਟਾਈਮ 'ਤੇ ਅਤੇ ਇੱਕ ਬੰਦੇ ਨੇ ਸੋਣਾ ਆ ਅਤੇ ਬਿਕੋਜ਼ ਇੱਕ ਚਲਾਏਗਾ ਇੱਕ ਸੋਏਗਾ ਜੇ ਦੋ ਪਾਰਟਨਰ ਜਾਂਦੇ ਆ ਅਤੇ ਜੇ ਸਿੰਗਲ ਬੰਦਾ ਜਾਂਦਾ ਅਮੈਰੀਕਾ ਦੇ ਰੂਟ ਨੂੰ ਜਾਂ ਇੱਧਰ ਵੀ ਕਿਤੇ ਵੀ ਸਿੰਗਲ ਬੰਦਾ ਜਾਂਦਾ ਆ ਸੋ ਫਿਰ 8 ਘੰਟੇ ਸੋ ਜਾਵੇ ਬਾਕੀ ਚਲਾਈ ਜਾਵੇ ਜਿੰਨੀ ਦੇਰ ਉਹਦੀ ਮਰਜ਼ੀ ਕਰਦੀ ਆ ਅਤੇ ਬਾਕੀ ਜਿੰਨੀ ਮੈਨੂੰ ਨੌਲੇਜ ਹੈ ਜੀ ਮੈਂ ਉਹ ਪ੍ਰੋਵਾਈਡ ਕਰ ਦਾਂਗਾ ਪਲੀਜ਼ ਜਿਵੇਂ ਕਿਤੇ ਗਲਤ ਹੋਵਾਂ ਤਾਂ ਮਾਫ਼ ਕਰ ਦਿਓ ਬਿਕੋਜ਼ ਹਾਲੇ ਮੈਂ ਟਰੈਕਿੰਗ 'ਚ ਪਿਆ ਨਹੀਂ ਪੈਣਾ ਵੀ ਹੈ ਕਿ ਨਹੀਂ ਆਈ ਡੋਂਟ ਨੋ ਸੋ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਆਪਾਂ ਅਤੇ ਤੁਸੀਂ ਆਹ ਦੇਖ ਲਿਆ ਸਪੀਕਰ ਵਗੈਰਾ ਤੁਸੀਂ ਦੇਖ ਲਓ ਸਾਰੇ ਲੱਗੇ ਹੋਏ ਆ ਸਪੀਕਰ ਆਡੀਓ ਸਿਸਟਮ ਬੜਾ ਵਧੀਆ ਹੁੰਦਾ ਮੈਂ ਦੇਖਿਆ ਐਂਡ ਆਈ ਡੋਂਟ ਨੋ ਇਹ ਲਾਈਟਾਂ ਵਗੈਰਾ ਕਿੱਥੋਂ ਚੱਲਦੀਆਂ ਇਹ ਸਾਰੀ LED ਲਾਈਟ ਲੱਗੀਆਂ ਹੋਈਆਂ ਇਹ ਨਵੇਂ ਟਰੱਕਾਂ ਦਾ ਇਹ ਆ ਜੀ ਆਹ ਵੇਖੋ ਜਿਹੜੇ ਨਵੇਂ ਆ ਨਾ ਆਟੋਮੈਟਿਕ ਗੇਅਰਾਂ ਵਾਲੇ ਇਹਨਾਂ ਦਾ ਇਹ ਬਹੁਤ ਵਧੀਆ ਆਹ ਪਿੱਛੇ ਮੈਨੂੰ ਇੱਥੇ ਚੇਤਨ ਨੇ ਦੱਸਿਆ ਸੀ ਕੁਛ ਕਿ ਇੱਥੇ ਵਿੰਡੋ ਹੁੰਦੀ ਹਾਂ ਆਹ ਦੇਖੋ ਆਹ ਵੇਖੋ ਆਹ ਬਾਹਰ ਵਿੰਡੋ ਆ ਜੀ ਦੋਨੋਂ ਪਾਸੇ ਵਿੰਡੋ ਆ ਇੱਧਰ ਵੀ ਵਿੰਡੋ ਆ ਉਹ ਸਾਹਮਣੇ ਅਤੇ ਚਾਰਜਿੰਗ ਪੋਰਟਸ ਨਾਲ ਹੀ ਹੁੰਦੇ ਆ ਇੱਥੇ ਵੀ ਚਾਰਜਿੰਗ ਪੋਰਟ ਆ ਇੱਥੇ ਵੀ ਆ ਵੇਖੋ ਆਹ ਵਾਲਾ ਚਾਰਜਿੰਗ ਪੋਰਟ ਹੈਗਾ ਅਤੇ ਬਾਕੀ ਥੋੜ੍ਹੀ ਰੋਸ਼ਨੀ ਨਾਲ ਕੰਪਰੋਮਾਈਜ਼ ਕਰ ਲਓ ਮੈਂ ਮੰਨਦਾ ਕਿ ਹਾਲੇ ਨਾ ਐਕਚੁਲੀ ਮੈਨੂੰ ਪਤਾ ਨਹੀਂ ਸੀ ਕਿ ਕਿੱਦਾਂ ਲੱਗਾ ਹੋਊਗਾ ਟਰੱਕ ਕਿੱਦਾਂ ਕੀ ਮੈਂ ਅਚਾਨਕ ਆ ਗਿਆ ਵੀਡੀਓ ਬਣਾਉਣਾ ਸੀ ਮੈਂ ਤਿਆਰ ਹੀ ਨਹੀਂ ਹੋਇਆ ਵੇਖ ਲਓ ਸੋ ਮੈਂ ਅਚਾਨਕ ਆ ਗਿਆ ਬਾਕੀ ਮਾਫ਼ ਕਰਿਓ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੇ ਕੋਈ ਵੀ ਕੁਐਸਚਨ ਆ ਜਾਂ ਕੁਝ ਵੀ ਆ ਤਾਂ ਮੈਨੂੰ ਮਹਿਕ ਅੰਬਰ ਸਰੀਆ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ ਮੈਂ ਤੁਹਾਨੂੰ ਸਾਰਾ ਕੁਝ ਉੱਚ ਵੀ ਦੱਸ ਦੂੰਗਾ ਬਾਕੀ ਆਹ ਟਰੱਕ ਦਾ ਜੀ ਅੰਦਰੋਂ ਟੂਰ ਸੀ ਮੈਂ ਕਿਹਾ ਟਰੱਕ ਟੂਰ ਦੇ ਦਈਏ ਕਿ ਟਰੱਕ ਕਿੱਦਾਂ ਦਾ ਹੈਗਾ ਕੈਨੇਡਾ ਦੇ ਵਿੱਚ ਪੀਟਰ ਬੈਲਟ ਵੀ ਜੇ ਆਪਾਂ ਨੂੰ ਮਿਲਿਆ ਜਾਂ ਕਿੱਦਾਂ ਆਪਾਂ ਪੀਟਰ ਬੈਲਟ ਦੀ ਵੀ ਵੀਡੀਓ ਬਣਾਵਾਂਗੇ ਬਟ ਇਹ ਫਰੇਟ ਲਾਈਨਰ ਸੀ ਤੁਹਾਨੂੰ ਉਹਦੇ ਬਾਰੇ ਮੈਂ ਦਿਖਾਤਾ ਸੋ ਆਹ ਸੀਟਾਂ ਵੇਖ ਲਓ ਜੀ ਆਹ ਨਵੇਂ ਕਵਰ ਪਏ ਆ ਸੀਟਾਂ ਨੂੰ ਅਤੇ ਟਰੱਕ ਲਿਸ਼ਕਦਾ ਆ ਪੂਰਾ ਠੀਕ ਹੈ ਜੀ ਬਾਕੀ ਤੁਸੀਂ ਟਰੱਕ ਵੇਖ ਹੀ ਲਿਆ ਅਤੇ ਆਹ ਵੇਖ ਲਓ ਮਿਰਰ ਸਾਈਡ ਮਿਰਰ ਅਤੇ ਮੈਂ ਤੁਹਾਨੂੰ ਨਾ ਹੁਣ ਥੋੜ੍ਹਾ ਜਿਹਾ ਬਹਿ ਕੇ ਕੁਛ ਗੱਲਾਂ ਗੁੱਲਾਂ ਆਪਾਂ ਕਰ ਲਈਏ ਕਿ ਟਰੱਕ ਦੇ ਬਾਰੇ ਤਾਂ ਮੈਨੂੰ ਇੰਨੀ ਕੁ ਨੌਲੇਜ ਆ ਜੀ ਜੋ ਟਰੱਕ ਦੇ ਅੰਦਰ ਸੀ ਸਾਨੂੰ ਸਾਰਾ ਕੁਛ ਮੈਂ ਦਿਖਾ ਦਿੱਤਾ ਲਿਆ ਚਾਚਾ ਅਤੇ ਜੋ ਜੋ ਅੰਦਰ ਹੈਗਾ ਤੁਹਾਨੂੰ ਕਹਿੰਦਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਇਸ ਵੇਲੇ ਕੈਨੇਡਾ ਦੇ ਵਿੱਚ ਅੱਜ ਵੀ 36-37 ਡਿਗਰੀ ਟੈਂਪਰੇਚਰ ਆ ਅਤੇ ਮੇਰਾ ਬੁਰਾ ਹਾਲ ਆ ਅਤੇ ਕੋਈ ਚੱਕਰ ਨਹੀਂ ਬਟ ਆਪਾਂ ਵੀਡੀਓ ਜ਼ਰੂਰ ਦੇਵਾਂਗੇ ਤੁਹਾਨੂੰ ਜੇ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੈਂ ਫਿਰ ਵਾਰ ਵਾਰ ਕਹਿ ਦਿੰਦੇ ਹਾਂ ਚੰਗਾ ਨਹੀਂ ਲੱਗਦਾ ਵਾਰ ਵਾਰ ਨਹੀਂ ਚੰਗਾ ਲੱਗਦਾ ਤੁਹਾਡੇ ਲਈ ਸਭ ਕੁਛ ਲੱਗਦਾ ਸੋ ਕਰੋ ਵੀਡੀਓ ਨੂੰ ਇੰਜੋਏ ਅਤੇ ਬਾਕੀ ਇੱਕ ਵਾਰੀ ਅੰਦਰ ਦਾ ਤੁਹਾਨੂੰ ਮੈਂ ਸਾਰਾ ਟੂਰ ਦੇ ਦਿੱਤਾ ਅਤੇ ਬਾਕੀ ਤੁਹਾਨੂੰ ਮੈਂ ਇੱਕ ਵਾਰੀ ਬਾਹਰੋਂ ਦਿਖਾ ਦਿੰਦਾ ਕਿ ਬਾਹਰੋਂ ਟਰੱਕ ਕਿੱਦਾਂ ਦਾ ਥੋੜ੍ਹਾ ਜਿਹਾ ਫੇਅਰ ਅਤੇ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗੇ ਕਰ ਦਿਓ ਸੋ ਹਾਂਜੀ ਆਪਣੀ ਇੱਕ ਚੀਜ਼ ਰਹਿ ਗਈ ਦੱਸਣ ਵਾਲੀ ਜੀ ਕਿ ਇਹ ਜਿਹੜਾ ਆ ਜੀ ਇਹ ਡਬਲ ਬੰਕ ਆ ਠੀਕ ਹੈ ਜੀ ਜਿਹੜਾ ਸਿੰਗਲ ਬੰਕ ਹੁੰਦਾ ਆ ਉਹ ਨਾਲ ਨਾਲ ਜੁੜੇ ਹੁੰਦੇ ਆ ਅਤੇ ਇਹ ਤੁਸੀਂ ਸਪੇਸ ਦੇ ਸਕਦੇ ਹੋ ਕਿੰਨੀ ਸਪੇਸ ਆ ਉੱਪਰ ਵੀ ਥੱਲੇ ਵੀ ਇਹ ਡਬਲ ਬੰਕ ਆ ਅਤੇ ਮੈਨੂੰ ਪਤਾ ਨਹੀਂ ਸੀ ਇਸ ਬਾਰੇ ਸੱਚ ਸੱਚ ਦੱਸਾਂ ਮੈਨੂੰ ਚੇਤਨ ਨੇ ਦੱਸਿਆ ਸੋ ਇਹ ਤੁਹਾਨੂੰ ਮੈਂ ਇਨਫੋਰਮੇਸ਼ਨ ਸਾਰੀ ਪ੍ਰੋਵਾਈਡ ਕਰੀ ਚੱਲਦਾ ਨਾਲ ਨਾਲ ਆਪਾਂ ਹੁਣ ਬਾਹਰ ਦਾ ਟੂਰ ਲੈ ਲਈਏ ਥੋੜ੍ਹਾ ਜਿਹਾ ਗਰਮੀ ਬਹੁਤ ਲੱਗ ਰਹੀ ਹੈ ਮੈਨੂੰ ਅੰਦਰ ਨਾਲੇ ਫਿਰ ਟਰੱਕ ਆਪਾਂ ਬੰਦ ਕਰਕੇ ਆਪਾਂ ਨਿਕਲ ਜਾਣਾ ਚਲੋ ਆਪਾਂ ਪਹਿਲਾਂ ਬਾਹਰ ਹੀ ਚੱਲੀਏ ਓ ਬਹੁਤ ਗਰਮੀ ਆ ਸੋ ਇਹ ਆ ਜੀ ਟਰੱਕ ਆ ਟਰੱਕ ਵੇਖ ਲਓ
ਤੇ ਸੋਰੀ ਠੀਕ ਹੈ ਜੀ। ਟਰੱਕ ਤੁਸੀਂ ਝਾਤੀ ਮਾਰ ਲਓ ਟਰੱਕ ਨੂੰ, ਪਰੇਡ ਲਾਈਨ ਟਰੱਕ ਆ, ਬਾਕੀ ਮੈਂ ਆਪਣੀ ਇੱਕ ਵਾਰੀ ਫੋਟੋ ਖਿੱਚ ਲਾਂ ਨਾਲ ਤਾਂ ਕਿ ਵੀ ਉਹ ਥੰਬਨੇਲ ਆਪਾਂ ਲਾ ਸਕੀਏ ਠੀਕ ਹੈ ਜੀ। ਮੈਨੂੰ ਬੈਗ ਰੱਖ ਲੈਣ ਦਿਓ, ਬਾਕੀ ਆਪਾਂ ਤੁਹਾਡੇ ਕੋਲ ਮੰਗਦੇ ਹਾਂ ਅਲਵਿਦਾ ਅੱਜ ਲਈ। ਆਹ ਸੀ ਟਰੱਕ ਦਾ ਟੂਰ, ਸਾਰਾ ਕੁਝ ਤੁਹਾਨੂੰ ਮੈਂ ਜੋ ਅੰਦਰ ਹੈਗਾ ਸੀ ਜਲਦੀ ਜਲਦੀ 'ਚ ਵਿਖਾ ਦਿੱਤਾ। ਮੈਂ ਹੌਲੀ ਹੌਲੀ ਵੀ ਵੀਡੀਓ ਲੈ ਕੇ ਆਊਂਗਾ, ਬਸ ਤੁਸੀਂ ਵੀਡੀਓਸ ਨੂੰ ਪਿਆਰ ਦਿਓ, ਸ਼ੇਅਰ ਕਰੋ, ਲਾਈਕ ਕਰੋ, ਬਾਕੀ ਜੋ ਕਰਨਾ ਕਰੋ, ਬਟ ਆਪਣੇ ਘਰਦਿਆਂ ਨੂੰ ਤੰਗ ਨਾ ਕਰੋ। ਬਾਏ।